ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਹਰਿਆਣਾ ਦੇ ਵਿੱਚ ਕਿਸਾਨ ਅੰਦੋਲਨ ਦੇ ਚੱਲਦੇ ਆ, ਬੀਜੇਪੀ ਤੇ ਜੇਜੇਪੀ ਸਰਕਾਰ ਖਤਰੇ ਵਿੱਚ ਆ। ਸੱਤਾ ਧਿਰ ਦੇ ਕਿਸਾਨੀ ਨਾਲ ਜੁੜੇ ਵਿਧਾਇਕ ਉੱਪਰ ਬੇਹੱਦ ਦਬਾਅ ਬਣਦਾ ਜਾ ਰਿਹਾ। ਇਸ ਦਰਮਿਆਨ ਹਰਿਆਣਾ ਦੇ ਕਾਂਗਰਸ ਦੇ ਪ੍ਰਧਾਨ ਕੁਮਾਰ ਸ਼ੈਲਜਾ ਨੇ ਵੱਡਾ ਬਿਆਨ ਦਿੱਤਾ। ਇੱਕ ਟੀਵੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਰਿਆਣਾ 'ਚ ਕਾਂਗਰਸ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ, ਜਨਨਾਇਕ ਜਨਤਾ ਪਾਰਟੀ ਜੇਜੇਪੀ ਤੇ ਕਈ ਆਜ਼ਾਦ ਵਿਧਾਇਕ ਇਸ ਵੇਲੇ ਕਾਂਗਰਸ ਦੇ ਸੰਪਰਕ ਵਿੱਚ ਨੇ। ਕੁਮਾਰੀ ਸ਼ੈਲਜਾ ਨੇ ਦੋਸ਼ ਲਾਇਆ ਕਿ ਖੱਟਰ ਸਰਕਾਰ ਆਪਣਾ ਪੂਰਾ ਭਰੋਸਾ ਗਵਾ ਚੁੱਕੀ ਹੈ ਤੇ ਕਾਂਗਰਸ ਰਾਜ ਵਿੱਚ ਸਿਆਸੀ ਖਲਾ ਨਹੀਂ ਛੱਡੇਗੀ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਅਜਿਹਾ ਸਮਾਂ ਆ ਗਿਆ ਕਿ ਹਰਿਆਣਾ ਸਰਕਾਰ ਆਪਣਾ ਪੂਰਾ ਭਰੋਸਾ ਗਵਾ ਚੁੱਕੀ ਹੈ ਤੇ ਬੀਤੇ ਦਿਨ ਖੁਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਜੱਦੀ ਜ਼ਿਲ੍ਹੇ ਵਿੱਚ ਹੀ ਉਹਨਾਂ ਦਾ ਜ਼ਬਰਦਸਤ ਵਿਰੋਧ ਹੋਇਆ ਸੀ। ਹਰਿਆਣਾ ਦੇ ਲੋਕ ਹੁਣ ਭਾਜਪਾ ਤੋਂ ਦੂਰ ਜਾ ਚੁੱਕੇ ਨੇ। ਇਸ ਤੋਂ ਪਹਿਲਾਂ ਕੁਮਾਰੀ ਸ਼ੈਲਜਾ ਨੇ ਟਵੀਟ ਕਰਕੇ ਭਾਜਪਾ ਦੇ ਜੇਜੇਪੀ ਸਰਕਾਰ ਉੱਤੇ ਨਿਸ਼ਾਨਾ ਬਿੰਨਿਆ ਤੇ ਉਹਨਾਂ ਨੇ ਲਿਖਿਆ, ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਤੋਂ ਨਾਕਾਮ ਹੋ ਚੁੱਕੀ ਭਾਜਪਾ ਜੇਜੇਪੀ ਸਰਕਾਰ ਕੋਲ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਨੀਅਤ ਆ। 34,000 ਅਧਿਆਪਕਾਂ ਦੀ ਕਮੀ ਦੇ ਬਾਵਜੂਦ ਕੋਈ ਭਰਤੀ ਨਹੀਂ। ਕੀ ਬਿਨਾਂ ਅਧਿਆਪਕਾਂ ਦੇ ਸੂਬੇ ਦੇ ਵਿਦਿਆਰਥੀਆਂ ਦਾ ਭਵਿੱਖ ਸਵਾਰੇਗੀ ਸਰਕਾਰ? ਦੱਸ ਦਈਏ ਕਿ ਹਰਿਆਣਾ ਦੇ ਵਿੱਚ ਭਾਜਪਾ ਸਰਕਾਰ ਨੂੰ ਫਿਲਹਾਲ ਜਨਤਾ ਪਾਰਟੀ ਦੇ ਕਈ ਆਜ਼ਾਦ ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਹਰਿਆਣਾ 'ਚ ਵਿਧਾਨ ਸਭਾ ਦੀਆਂ ਕੁੱਲ 90 ਸੀਟਾਂ ਨੇ, ਬਹੁਮਤ ਵਾਸਤੇ 46 ਸੀਟਾਂ ਚਾਹੀਦੀ ਨੇ। ਭਾਜਪਾ ਕੋਲ 40 ਨੇ। ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਦਲ ਪਾਰਟੀ ਦੀਆਂ 10 ਸੀਟਾਂ ਨਾਲ ਸਰਕਾਰ ਕਾਇਮ ਹੈ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਖਬਰਾਂ ਦੇਖਣੀ ਸੁਣੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ਮੀਜ਼ਵਾਲਾ.com ਦੇ ਨਾਲ।